ਲੁਧਿਆਣਾ ਦੇ ਪਿੰਡ ਕਾਕੋਵਾਲ ਵਿਖੇ ਪਿੰਡ ਦੇ ਲੋਕਾਂ ਦੇ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਗਲਤ ਵਰਤੋਂ ਅਤੇ ਵੇਚਣ ਨੂੰ ਲੈ ਕੇ ਪੱਤਰਕਾਰ ਵਾਰਤਾ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੌਜੂਦਾ ਸਰਪੰਚ ਦੇ ਉੱਪਰ ਛੱਪੜ ਦੀ ਜ਼ਮੀਨ ਦੇ ਕੁਝ ਹਿੱਸੇ ਨੂੰ ਵੇਚਣ ਅਤੇ ਕਬਜ਼ੇ ਦੇ ਦੋਸ਼ ਲਗਾਏ ਗਏ ਨੇ। ਇਸ ਦੇ ਵਿੱਚ ਮੁੱਖ ਰੂਪ ਦੇ ਨਾਲ ਪਿੰਡ ਵਾਸੀਆਂ ਦਾ ਸਾਥ ਦੇਣ ਦੇ ਲਈ ਹਿਊਮਨ ਰਾਈਟ ਪ੍ਰੋਟੈਕਸ਼ਨ ਦੇ ਮੁਖੀ ਡਾਕਟਰ ਨਰੂਲਾ ਪਹੁੰਚੇ ਨੇ, ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਨੂੰ ਹਾਈ ਕੋਰਟ ਦੇ ਰਾਹੀਂ ਸੁਲਝਾਇਆ ਜਾਵੇਗਾ ਤੇ ਉਕਤ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਸੋ ਇਸ ਮਾਮਲੇ ਦੇ ਮੌਜੂਦਾ ਸਰਪੰਚ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਰਕਾਰੀ ਕਾਗਜ਼ਾਤ ਵੀ ਖਾ ਕੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਨਰੂਲਾ, ਨੈਸ਼ਨਲ ਚੇਅਰਮੈਨ ਹਿਊਮਨ ਰਾਈਟ ਕੌਂਸਲ ਤੋਂ, ਮੇਰੇ ਕੋਲ ਕਾਕੋਵਾਲ ਪਿੰਡ ਤੋਂ ਕੁਝ ਮੇਰੇ ਸੱਜਣਾਂ ਨੇ ਅਪਰੋਚ ਕੀਤੀ ਕਿ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਕੋਰਟ ਤੋਂ ਸਟੇਅ ਵੀ ਲਿਆ ਹੋਇਆ, ਲੇਕਿਨ ਪਿੰਡ ਦੀ ਪੰਚਾਇਤ ਦੀ ਜ਼ਮੀਨ ਔਰ ਪਲੱਸ ਜਿਹੜੀ ਸੈਂਟਰ ਗੌਰਮੈਂਟ ਦੀ ਪ੍ਰੋਵਿੰਸ਼ੀਅਲ ਗੌਰਮੈਂਟ ਦੀ ਜ਼ਮੀਨ ਆ, ਉਹ ਪਿੰਡ ਦੇ ਕੁਛ ਲੋਕਾਂ ਵੱਲੋਂ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ, ਜਿਹਦੇ ਲਈ ਅਸੀਂ ਵੱਖ ਵੱਖ ਥਾਣਿਆਂ 'ਚ ਵੱਖ ਵੱਖ ਕੋਰਟ 'ਚ ਗਏ, ਧਰਨੇ ਲਗਾਏ, ਪਰ ਕੋਈ ਸਾਡੀ ਸੁਣਵਾਈ ਨਹੀਂ। ਇਹ ਹਿੰਦੁਸਤਾਨ 'ਚ ਸਭ ਤੋਂ ਵੱਡੀ ਤ੍ਰਾਸਦੀ ਇਹੀ ਹੈ ਕਿ ਜਿਹੜਾ ਗਰੀਬ ਆਦਮੀ ਕਿਤੇ ਗਲੀ ਵੀ ਟੱਪ ਜਾਵੇ ਤਾਂ ਉਹਦੇ ਨਾਲ ਕ੍ਰਾਈਮ ਹੋ ਜਾਂਦਾ, ਲੇਕਿਨ ਡਾਢਾ ਜਾਂ ਸ਼ਾਹੂਕਾਰ ਆਦਮੀ ਉਹ ਜੋ ਮਰਜ਼ੀ ਕਰੇ ਉਹਦੀ ਕੋਈ ਸੁਣਵਾਈ ਨਹੀਂ। ਮੈਨੂੰ ਆ ਕੇ ਕਾਗਜ਼ਾਂ ਦੇਖ ਕੇ ਹੈਰਾਨੀ ਹੋ ਗਈ ਕਿ 2016 ਤੋਂ 17 ਤੋਂ ਸਟੇਅ ਚੱਲ ਰਹੇ ਨੇ, ਕਾਗਜ਼ ਚੱਲ ਰਹੇ ਨੇ, ਔਰ ਪਿੰਡ ਦੇ ਵਿੱਚ ਅੱਧੇ ਪਿੰਡ ਜਿੰਨੀ ਜ਼ਮੀਨ ਪਈ ਸੀ, ਅੱਜ ਮੈਂ ਦੇਖ ਕੇ ਆਇਆ ਕਿ ਤਕਰੀਬਨ ਮੈਨੂੰ ਨਹੀਂ ਲੱਗ ਰਿਹਾ ਕਿ 100 ਜਾਂ 150 ਗਜ਼ ਜਗ੍ਹਾ ਛੱਪੜ 'ਚ ਰਹਿ ਗਈ, ਔਰ ਐਡੇ ਵੱਡੇ ਪਿੰਡ ਲਈ ਕਿਹਾ 100-150 ਗਜ਼ ਦਾ ਛੱਪੜ ਵੇਸਟੇਜ ਲਈ ਰੱਖਿਆ ਗਿਆ, ਇਹਦਾ ਮਤਲਬ ਬਿਲਕੁਲ ਗਲਤ ਕੀਤਾ ਗਿਆ। ਅਖਬਾਰਾਂ 'ਚ ਰੂਟੀਨ 'ਚ ਕਵਰਾਂ ਲੱਗ ਰਹੀਆਂ ਨੇ, ਕਾਗਜ਼ ਲੱਗ ਰਹੀਆਂ ਨੇ, ਔਰ ਇੱਕ ਸਭ ਤੋਂ ਵੱਡੀ ਗੱਲ ਸ਼ਾਇਦ ਪਿੰਡ ਵਾਸੀਆਂ ਨੂੰ ਪਤਾ ਜਾਂ ਨਹੀਂ ਪਤਾ, ਮੈਂ ਕਲੀਅਰ ਕਰਦੇ ਹਾਂ ਕਿ ਪਿੰਡ ਦਾ ਤੁਸੀਂ ਪੰਚ ਦਾ ਸਰਪੰਚ ਦਾ ਕੋਈ ਵੀ ਇਲੈਕਸ਼ਨ ਲੜਨਾ, ਉਹਦੀ ਸਭ ਤੋਂ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਉਸ ਪੰਚ ਜਾਂ ਸਰਪੰਚ ਨੇ ਪਿੰਡ ਦੀ ਕਿਸੇ ਵੀ ਪੰਚਾਇਤੀ ਜਾਂ ਸੈਂਟਰ ਗੌਰਮੈਂਟ ਦੀ ਜ਼ਮੀਨ 'ਤੇ ਕਬਜ਼ਾ ਨਾ ਕੀਤਾ ਹੋਵੇ, ਉਹੀ ਹੀ ਆਦਮੀ ਇਲੈਕਸ਼ਨ ਲੜ ਸਕਦਾ, ਦੂਸਰਾ ਇਲੈਕਸ਼ਨ ਨਹੀਂ ਲੜ ਸਕਦਾ। ਅਗਰ ਪਿੰਡ ਵਾਸੀ ਜਾਂ ਕੋਈ ਇੱਕ ਦੱਸ ਦਿੰਦਾ ਜਾਂ ਸਾਬਤ ਕਰ ਦਿੰਦਾ ਕਿ ਪਿੰਡ ਦੇ ਮੌਜੂਦਾ ਪੰਚ ਜਾਂ ਸਰਪੰਚ ਨੇ ਪਿੰਡ ਦੀ ਪੰਚਾਇਤ ਦੀ ਜਗ੍ਹਾ 'ਤੇ ਜਾਇਜ਼ ਨਜਾਇਜ਼ ਕੋਈ ਢੰਗ ਨਾਲ ਕਬਜ਼ਾ ਕੀਤਾ ਹੈ ਤਾਂ ਉਹਦਾ ਜਿਹੜੀ ਚੋਣ ਆ ਉਹ ਕੈਂਸਲ ਹੋ ਜਾਂਦੀ ਹੈ। ਹਾਈ ਕੋਰਟ ਨਹੀਂ, ਸੁਪਰੀਮ ਕੋਰਟ ਦੀ ਜੱਜਮੈਂਟ ਆ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇੱਕ ਮੈਂ ਤੁਹਾਨੂੰ ਜੀ ਕਲੀਅਰ ਕਰਾ ਦਿਆਂ, ਜੇ ਪਿੰਡ ਦੇ ਪੰਚ ਜਾਂ ਸਰਪੰਚ ਨੇ ਉਹਦੇ ਆਪਣੇ ਨਾਮ 'ਤੇ, ਉਹਦੇ ਆਪਣੇ ਰਿਸ਼ਤੇਦਾਰ ਭੈਣਾਂ ਭਰਾਵਾਂ ਦੇ ਨਾਮ 'ਤੇ, ਕਈ ਵਾਰ ਕੀ ਹੁੰਦਾ ਕਿ ਆਪਣੇ ਨਾਮ 'ਤੇ ਨਹੀਂ, ਆਪਣੇ ਬ੍ਰਦਰ ਦੇ ਨਾਮ 'ਤੇ, ਮਾਂ ਦੇ ਨਾਂ 'ਤੇ, ਜਨਾਨੀ ਦੇ ਨਾਂ 'ਤੇ, ਕਿਸੇ ਨਾਂ 'ਤੇ ਕਰਦਾ, ਅਗਰ ਕਿਸੇ ਨੇ ਵੀ ਕੋਈ ਜ਼ਮੀਨਦਾਰ 1 ਇੰਚ ਦਾ ਟੋਟਾ ਵੀ ਹੈਗਾ ਅਤੇ ਜਿਹੜਾ ਉਹਦੇ ਇਲੈਕਸ਼ਨ ਆ ਉਹ ਇਲੀਗਲ ਹੈ। ਇਲੈਕਸ਼ਨ ਕਮਿਸ਼ਨ ਦਾ ਇਹ ਫੰਡਾ ਹੈ ਕਿ ਜਿਹੜੇ ਆਦਮੀ ਨੇ ਪੰਚਾਇਤ ਲਈ ਕੰਮ ਕਰਨਾ ਉਹਦੇ ਕੋਲ ਪੰਚਾਇਤੀ ਜ਼ਮੀਨ ਨਹੀਂ ਹੋਣੀ ਚਾਹੀਦੀ, ਪਰ ਇੱਥੇ ਆ ਕੇ ਪਤਾ ਲੱਗਾ ਕਿ ਜਿਹੜੇ ਬੰਦੇ ਪੰਚਾਇਤ ਦੇ ਮੋਹਤਵਰ ਬੰਦੇ ਨੇ ਜ਼ਿਆਦਾਤਰ ਜ਼ਮੀਨਾਂ ਹੀ ਉਹਨਾਂ ਕੋਲ ਨੇ। ਅਗਰ ਮਸਲੇ ਦੀ ਗੱਲ ਕਰੀਏ, ਕਿਹੜੇ ਪਿੰਡ ਦੀ ਗੱਲ ਕਰ ਰਹੇ ਹੋ? ਸਰ, ਕਾਕੋਵਾਲ ਪਿੰਡ ਦੀ ਗੱਲ ਕਰ ਰਹੇ ਹਾਂ, ਕਾਕੋਵਾਲ ਪਿੰਡ ਦੀ ਗੱਲ ਹੈ, ਜ਼ਿਲ੍ਹਾ ਲੁਧਿਆਣੇ 'ਚ, ਰਾਹੋਂ ਰੋਡ ਦੇ ਨਾਲ ਬਿਲਕੁਲ ਲੱਗਦਾ ਹੈ, ਮੇਨ ਸ਼ਹਿਰ ਦੇ ਵਿੱਚ ਹੈ ਜੀ। ਔਰ ਸਭ ਤੋਂ ਵੱਡੀ ਗੱਲ ਹੈ, ਹੈਰਾਨੀ ਦੀ ਗੱਲ ਇੱਥੇ ਆ ਕੇ ਪਤਾ ਲੱਗੀ ਹੈ ਕਿ ਚਾਹੇ ਸਰਕਾਰ ਕਿਸੇ ਵੀ ਗੌਰਮੈਂਟ ਦੀ ਆਈ, ਲੇਕਿਨ ਪਿੰਡ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ, ਨਾ ਕਿਸੇ ਮੌਕੇ ਦੀ ਸਰਕਾਰ ਨੇ ਦਿੱਤਾ, ਔਰ ਜੇ ਕੋਰਟ ਨੇ ਹੱਕ 'ਚ ਫੈਸਲਾ ਵੀ ਕੀਤਾ ਤਾਂ ਲੇਕਿਨ ਜਿਹੜੀ ਮੌਜੂਦਾ ਅਫਸਰਸ਼ਾਹੀ ਹੈ ਉਹਨੇ ਕਿਸੇ ਨੇ ਵੀ ਉਹਨੂੰ ਅਪਲਾਈ ਨਹੀਂ ਕੀਤਾ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ। ਇਹਦਾ ਮਤਲਬ ਆ, ਵੈਸੇ ਤਾਂ ਦੇਖੋ ਬਦਨਾਮੀ ਲੁਧਿਆਣਾ ਪ੍ਰਸ਼ਾਸਨ ਦੀ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੀ ਹੈ, ਅਜੇ ਪਿਛਲੇ 2-2.5-2 ਮਹੀਨੇ ਪਹਿਲਾਂ, ਜੇ ਸਾਰਿਆਂ ਨੂੰ ਪਤਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਆਰਡਰ ਆਉਣ ਦੇ ਬਾਵਜੂਦ ਇੱਕ ਜ਼ਿਮੀਂਦਾਰ ਨੇ ਸੁਸਾਈਡ ਕਰ ਲਿਆ, 1 ਮਹੀਨਾ ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ, ਉਸ ਤੋਂ ਬਾਅਦ 6 ਕਰੋੜ ਰੁਪਈਆ ਅਤੇ 20 ਕਿੱਲੇ ਉਸ ਪਰਿਵਾਰ ਨੂੰ ਜ਼ਮੀਨ ਦਿੱਤੀ, ਮਤਲਬ ਉਸ ਪਰਿਵਾਰ ਨੇ 20 ਸਾਲ ਕੋਰਟਾਂ 'ਚ ਧੱਕੇ ਖਾਧੇ, ਆਪਣਾ ਜਵਾਨ ਮੁੰਡਾ ਮਰਵਾਇਆ, ਉਸ ਤੋਂ ਬਾਅਦ ਉਹਨੂੰ ਇਨਸਾਫ ਮਿਲਿਆ। ਇਹ ਸਾਡੇ ਪੰਜਾਬ ਦੀ ਬੜੀ ਵੱਡੀ ਤ੍ਰਾਸਦੀ ਹੈ, ਚਾਹੇ ਇਹਨੂੰ ਹੀ ਬਦਲਾਅ ਕਹਿੰਦੇ ਸੀ, ਮੈਨੂੰ ਨਹੀਂ ਪਤਾ ਕਿਹਨੂੰ ਬਦਲਾਅ ਕਹਿੰਦੇ ਸੀ, ਜਾਂ ਇਹਨੂੰ ਹੀ ਕਹਿੰਦੇ ਸੀ, ਔਰ ਮੈਨੂੰ ਇੱਥੇ ਆ ਕੇ ਇਹ ਵੀ ਪਤਾ ਲੱਗਾ ਕਿ ਪੰਜਾਬ ਦੀ ਬੜਾ ਇੱਕ ਰਾਜਨੀਤਿਕ ਪਰਿਵਾਰ ਜਿਹਦੀ ਬੜੀ ਵੱਡੀ ਪਕੜ ਆ ਉਸ ਪਿੰਡ ਦੀ, ਇਹਦੇ ਨਾਲ ਅਟੈਚਮੈਂਟ ਆ। ਮੈਂ ਮੀਡੀਆ ਦੇ ਥਰੂ ਔਰ ਮੇਰੇ ਜਿੰਨੇ ਵੀ ਪਿੰਡ ਵਾਸੀ ਇੱਥੇ ਖੜ੍ਹੇ ਨੇ, ਜਿਹੜੇ ਮੇਰੇ ਸੱਜਣ ਖੜ੍ਹੇ ਨੇ, ਉਹਨਾਂ ਨੂੰ ਮੈਂ ਸ਼ਿਓਰ ਕਰਦਾ ਹੈਗਾ ਕਿ ਆਪਾਂ ਬਹੁਤ ਜਲਦੀ ਇਸ ਸਾਰੇ ਮੈਟਰ ਨੂੰ ਹਾਈ ਕੋਰਟ ਦੀ ਨੌਲੇਜ 'ਚ ਲਿਆਵਾਂਗੇ, ਔਰ ਜੋ ਹੁਣ ਤੱਕ ਹੋ ਚੁੱਕਾ ਹੈ
ਚਾਹੇ ਕਿਸੇ ਦੇ ਮੁੰਡੇ ਦੇ 4 ਸਟਾਰ ਲੱਗੇ ਨੇ, ਚਾਹੇ ਲੱਗੇ ਨੇ 10 ਸਟਾਰ, ਚਾਹੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ, ਅਸੀਂ ਉਹਨੂੰ ਇਮੀਡੀਏਟਲੀ ਹਾਈਕੋਰਟ ਬੁਲਾਵਾਂਗੇ। ਔਰ ਜਿਹੜੇ ਮੌਜੂਦਾ ਅਫਸਰ ਨੇ, ਚਾਹੇ ਪੰਚਾਇਤ ਨਾਲ ਰਿਲੇਟਡ ਨੇ, ਚਾਹੇ ਡਿਪਟੀ ਕਮਿਸ਼ਨਰ ਆਫਿਸ ਨਾਲ ਰਿਲੇਟਡ ਨੇ, ਚਾਹੇ ਪੁਲਿਸ ਕਮਿਸ਼ਨਰ ਆਫਿਸ ਰਿਲੇਟਡ ਨੇ, ਜਿਨ੍ਹਾਂ ਨੇ ਵੀ ਇਸ ਕੰਮ 'ਚ ਕੋਤਾਹੀ ਕੀਤੀ ਹੈ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹਾਈਕੋਰਟ 'ਚ ਬੁਲਾਵਾਂਗੇ ਔਰ ਉਹਨਾਂ ਨੂੰ ਹਾਈਕੋਰਟ 'ਚ ਪੁੱਛਾਂਗੇ ਕਿ ਸਟੇਅ ਆਰਡਰ ਦੇ ਹੋਣ ਦੇ ਬਾਵਜੂਦ ਪਿੰਡ ਵਿੱਚ ਐਡੇ ਵੱਡੇ ਪੱਧਰ ਦੀ ਕੰਸਟਰਕਸ਼ਨ ਕਿਸ ਤਰ੍ਹਾਂ ਹੋ ਗਈ। ਸਭ ਤੋਂ ਵੱਡੀ ਗੱਲ, ਪਿੰਡ ਦੀ ਆਬਾਦੀ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਕਰੀਬ ਪਹੁੰਚ ਗਈ, ਪੂਰਾ ਏਰੀਆ ਵੱਸ ਚੁੱਕਾ। ਕਿਆ ਉਹਦੇ ਲਈ ਸਿਰਫ 100-150 ਗਜ਼ ਦਾ ਹੀ ਛੱਪੜ ਸੀ, ਬਾਕੀ ਛੱਪੜ ਕਿੱਥੇ ਗਿਆ? ਜਿਹੜੇ ਕਾਗਜ਼, ਇਹਨਾਂ ਨੂੰ ਆਪਾਂ 5-7 ਦਿਨ 'ਚ ਪੂਰੀ ਲੀਗਲ ਟੀਮ ਲਗਾਈ ਹੋਈ ਹੈ, ਉਹ ਕੱਢ ਕੇ ਅਸੀਂ ਹਾਈਕੋਰਟ 'ਚ ਰਿਟ ਪਟੀਸ਼ਨ ਲਗਾਵਾਂਗੇ। ਔਰ ਜਿਹੜੇ ਦੋਸ਼ੀ ਨੇ, ਉਹ ਚਾਹੇ ਜਿਸ ਵੀ ਧਿਰ ਨੂੰ ਬਿਲੋਂਗ ਕਰਦੇ ਹੋਣ, ਚਾਹੇ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਹੋਣ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਵਾਂਗੇ, ਜਿੱਦਾਂ ਅਸੀਂ ਰੂਟੀਨ 'ਚ ਅੱਗੇ ਕੰਮ ਕਰਦੇ ਹਾਂ। ਔਰ ਦੂਸਰੀ ਗੱਲ ਜੀ, ਪਿੰਡ ਵਾਸੀਆਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ, ਮੇਰਾ ਸਾਰਿਆਂ ਕੋਲ ਨੰਬਰ ਹੈਗਾ, ਕੋਈ ਡਰਾਂਦਾ ਧਮਕਾਉਂਦਾ ਤੁਸੀਂ ਸਾਨੂੰ ਕਾਲ ਕਰੋ, ਕੰਟਰੋਲ ਰੂਮ DGP ਆਫਿਸ ਦਾ ਨੰਬਰ ਮੈਂ ਦੇ ਕੇ ਜਾਵਾਂਗਾ ਤੁਹਾਨੂੰ, ਠੀਕ ਹੈ? ਤੁਸੀਂ ਉੱਥੇ ਕਾਲ ਕਰੋ, ਇਮੀਡੀਏਟਲੀ ਉਹਦੀ ਫੋਰਸਾਂ ਦੀ ਤੁਸੀਂ ਦੱਸੋ। ਔਰ ਸਭ ਤੋਂ ਵੱਡੀ ਗੱਲ, ਅੱਜ ਸਾਡੇ ਹਰ ਬੱਚਿਆਂ ਕੋਲ ਫੋਨ ਨੇ, ਸੋਸ਼ਲ ਮੀਡੀਆ ਨੇ, ਜੇ ਕੋਈ ਬੰਦਾ ਤੁਹਾਡੇ ਨਾਲ ਧੱਕਾ ਕਰਦਾ ਜਾਂ ਨਜਾਇਜ਼ ਕਰਦਾ, ਹਰ ਬੱਚੇ ਦੀ ਜੇਬ 'ਚ ਫੋਨ ਆ, ਸੋਸ਼ਲ ਮੀਡੀਆ, ਅਸੀਂ ਦਿਨ ਭਰ ਫੇਸਬੁੱਕ ਵਟਸਐਪ ਚਲਾਉਂਦੇ ਹਾਂ, ਜਦੋਂ ਤੁਹਾਡੇ ਨਾਲ ਧੱਕਾ ਆਉਂਦਾ ਉਹਨੂੰ ਲਾਈਵ ਚਲਾਓ। ਮੈਂ ਵਾਅਦਾ ਕਰਦਾ ਅੱਜ ਹਿੰਦੁਸਤਾਨ 'ਚ 90% ਜਿਹੜੇ ਕੇਸਾਂ ਦੇ ਫੈਸਲੇ ਹੋ ਰਹੇ ਨੇ, ਜਿਹੜੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਬਣੀਆਂ ਨੇ, ਉਹੀ ਐਵੀਡੈਂਸ ਬਣਦੀਆਂ ਨੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜੇ 2-3 ਦਿਨ ਪਹਿਲਾਂ ਹੀ ਰੋਪੜ ਵਿੱਚ ਇੱਕ ਐਡਵੋਕੇਟ ਨੂੰ ਪ੍ਰਸ਼ਾਸਨ ਨੇ ਸਜ਼ਾ ਦਿੱਤੀ, ਅਗਰ ਉਹ ਨਾ ਵੀਡੀਓ ਹੁੰਦੀ ਤਾਂ ਸ਼ਾਇਦ ਉਹ ਇਨਸਾਫ ਨਾ ਹੁੰਦਾ। ਤਾਂ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਅਫਸਰਸ਼ਾਹੀ ਜਾਂ ਦੂਜੇ ਵੱਲ ਦੇਖਣਾ ਛੱਡ ਦਿਓ, ਆਪਣੀ ਲੜਾਈ ਤੁਸੀਂ ਆਪ ਲੜਨੀ ਹੈ। ਕਿਸੇ ਪੋਲੀਟੀਕਲ ਆਦਮੀ ਆ ਕੇ ਰੋਟੀ ਤੁਹਾਡੀ ਸੇਕਦਾ, ਮੈਂ ਦੇਖ ਰਿਹਾ ਕਿ ਹਰ ਪਾਰਟੀ ਨੇ ਰੋਟੀ ਸੇਕੀ ਆ, ਲੇਕਿਨ ਤੁਹਾਡਾ ਹੀ ਸਵਾਹ ਤੁਹਾਡੇ ਸਿਰ ਹੀ ਪਈ ਹੋਈ, ਅੱਜ ਤੱਕ ਕੁਛ ਨਹੀਂ ਮਿਲਿਆ ਹੈਗਾ। ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਸ ਤਰ੍ਹਾਂ ਰਕੇਸ਼ ਵੀਰ ਜੀ ਨੇ, ਮੇਰੇ ਕੁਛ ਮੀਡੀਆ ਦੇ ਮਿੱਤਰ ਨੇ, ਜਿਨ੍ਹਾਂ ਨੇ ਕਿਹਾ ਕਿ ਆਹ ਨੂਰਾ ਜੀ ਆਓ ਦੇਖੋ ਅਤੇ ਮੈਟਰ 'ਚ ਕੀ ਹੈਗਾ, ਇਹ ਮੈਂ ਸਾਰੇ ਕਾਗਜ਼ ਇਕੱਠੇ ਕਰਕੇ 5-7 ਦਿਨ 'ਚ ਤਿਆਰ ਕਰਕੇ ਹਾਈਕੋਰਟ 'ਚ ਰਿਟ ਪਟੀਸ਼ਨ ਲਗਾ ਕੇ, ਜਿਹੜੇ ਵੀ ਸੰਬੰਧਿਤ ਦੋਸ਼ੀ ਨੇ, ਉਹ ਚਾਹੇ ਕਿਸੇ ਵੀ ਪਾਰਟੀ, ਕਿਸੇ ਵੀ ਧਿਰ ਨਾਲ, ਕਿਸੇ ਵੀ ਰਾਜਨੀਤਿਕ ਪਰਿਵਾਰ ਵੱਡੇ ਤੋਂ ਵੱਡੇ ਨਾਲ ਬਿਲੋਂਗ ਕਰਦੇ ਹੋਣ, ਉਹਨਾਂ ਨੂੰ ਅਸੀਂ ਹਾਈਕੋਰਟ 'ਚ ਇਮੀਡੀਏਟਲੀ ਬੁਲਾਵਾਂਗੇ ਔਰ ਇਨਸਾਫ ਦੇਵਾਂਗੇ। ਮੇਰੇ ਕੋਲ ਤਕਰੀਬਨ ਜਦੋਂ ਐਂਟਰ ਹੋਇਆ ਤਾਂ 100 ਗਜ਼ ਸੀ, ਪਰ ਜਦੋਂ ਕੱਢ ਰਿਹਾ ਜ਼ਮੀਨ, ਮੈਨੂੰ ਲੱਗ ਰਿਹਾ ਕਿ ਪਿੰਡ ਦਾ ਜ਼ਿਆਦਾ ਨਹੀਂ 30-40% ਹਿੱਸਾ ਜਿਹੜਾ ਪੰਚਾਇਤੀ ਸੀ, ਕੁਛ ਕਲੋਨੀਆਂ ਕੱਟ ਕੇ ਵੇਚ ਦਿੱਤੀਆਂ ਗਈਆਂ ਨੇ, ਕੁਛ ਦੁਕਾਨਾਂ ਬਣ ਰਹੀਆਂ ਨੇ, ਕੁਛ ਮਕਾਨ ਬਣ ਚੁੱਕੇ ਨੇ, ਕੁਛ ਛੱਪੜ ਪਾ ਕੇ ਤੁਸੀਂ ਬਾਹਰ ਇਸ ਹਾਲ ਤੋਂ ਬਾਹਰ ਜਾ ਕੇ ਦੇਖੋ, ਤਕਰੀਬਨ 100 ਗਜ਼ ਦੇ ਵਿਚਕਾਰ ਇੱਕ ਛੱਪੜ ਨੂੰ ਲਿਆ ਗਿਆ। ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਜਾਏਗੀ ਪਿੰਡ ਦੇ ਮੌਜੂਦਾ ਪੰਚ ਸਰਪੰਚ ਵੱਲੋਂ ਕਿ ਆਹ ਮੇਰੇ ਹਿਸਾਬ ਨਾਲ ਤਕਰੀਬਨ 1000 ਆਦਮੀ ਇੱਥੇ ਖੜਾ ਹੈ, 1000 ਆਦਮੀਆਂ ਦੇ ਪਾਣੀ ਦੇ ਘਰ ਦੀ ਵੇਸਟ ਜੀ, ਕਿਆ 100 ਗਜ਼ ਦਾ ਛੱਪੜ ਸੀ? ਮਰੂਲਾ ਜੀ, ਅਖਬਾਰੀ ਜੋ ਖਬਰਾਂ ਲੱਗੀਆਂ ਹੋਈਆਂ ਜੀ ਜੀ, ਉਹਦੇ ਵਿੱਚ ਦੂਜੀ ਧਿਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਵੀ ਜੋ ਜ਼ਮੀਨਾਂ ਉਹਨਾਂ ਨੇ ਵੇਚੀਆਂ, ਜੋ ਪਲਾਟ ਉਹਨਾਂ ਨੇ ਸੇਲ ਕੀਤੇ, ਉਹਨਾਂ ਦੇ ਮਾਲਕੀ ਹਕੂਕ ਉਹਨਾਂ ਦੇ ਆਪਣੇ ਨੇ। ਸਰ ਉਹ ਜੋ ਕਹਿ ਰਹੇ ਨੇ ਮੈਂ ਉਹਨਾਂ ਦਾ ਸਿਰ ਮੱਥੇ, ਪਰ ਮੈਂ ਜਵਾਬ ਮੀਡੀਆ ਥਰੋ ਜਾਂ ਉਹਨਾਂ ਦੇ ਥਰੋ ਨਹੀਂ ਲਵਾਂਗਾ, ਮੈਂ ਸਾਰੇ ਜਵਾਬ ਲਵਾਂਗਾ ਹਾਈਕੋਰਟ 'ਚ। ਹਾਈਕੋਰਟ 'ਚ ਜਵਾਬ ਲਵਾਂਗਾ ਔਰ ਪੁੱਛਾਂਗਾ ਕਿ ਡੀਲਿੰਗ ਐਂਡ ਅਫਸਰਾਂ ਨੂੰ ਪੁੱਛਾਂਗਾ, ਪੰਚਾਇਤ ਅਫਸਰਾਂ ਨੂੰ ਪੁੱਛਾਂਗਾ ਕਿ ਜਦ ਤੁਹਾਡੀ ਜ਼ਮੀਨਾਂ 'ਤੇ ਸਟੇਅ ਲੱਗਾ ਸੀ ਤੁਸੀਂ ਕਿਸ ਅਖਤਿਆਰ ਦੇ ਦਿੱਤਾ, ਫੋਰ ਕਾਇੰਡ ਇਨਫੋਰਮੇਸ਼ਨ। ਜਿਸ ਜਗ੍ਹਾ 'ਤੇ ਪੰਚਾਇਤੀ ਜ਼ਮੀਨ ਆ ਉਹਨੂੰ ਕੋਈ 1 ਇੰਚ ਵੀ ਅੱਗੇ ਨਹੀਂ ਵੇਚ ਸਕਦਾ, ਪੰਚਾਇਤੀ ਜ਼ਮੀਨ ਸਿਰਫ ਅਤੇ ਸਿਰਫ ਲੀਜ਼ 'ਤੇ ਦਿੱਤੀ ਜਾ ਸਕਦੀ ਹੈ। ਉਹਦਾ ਵੀ ਕਾਰਨ ਆ ਕਿ ਜਿਹੜਾ ਪਿੰਡ ਦਾ ਗਰੀਬ ਆਦਮੀ, ਮਜ਼ਦੂਰ ਆਦਮੀ, ਜ਼ਿੰਮੇਵਾਰ ਆਦਮੀ, ਜਿਹਦੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਉਹਨੂੰ ਹੀ ਲੀਜ਼ 'ਤੇ ਦਿੱਤੀ ਜਾ ਸਕਦੀ, ਜਿਹਦੇ ਕੋਲ ਆਪਣੇ 20 ਕਿੱਲੇ ਉਹਨੂੰ ਤੁਸੀਂ 20 ਮਰਲੇ ਕਿ 20 ਇੰਚ ਵੀ ਜਗ੍ਹਾ ਨਹੀਂ ਦੇ ਸਕਦੇ। ਇਹ ਕਾਨੂੰਨ ਆ, ਪੰਚਾਇਤੀ ਐਕਟ ਆ, ਨੈੱਟ ਤੋਂ ਜਾ ਕੇ ਪੜ੍ਹ ਲਓ, ਇਹ ਐਕਟ ਆ। ਸਰ ਇੱਕ ਜਿਸ ਤਰ੍ਹਾਂ ਵੀ 1958 ਤੱਕ ਜੀ, ਤੋਂ ਲੈ ਕੇ 98 ਤੱਕ ਜੀ ਜੀ, ਉਸ ਜ਼ਮੀਨ ਜੋ ਵੀ ਸੀ ਸਰਕਾਰੀ ਜ਼ਮੀਨ ਦਰਸਾਈ ਜਾ ਦਿੱਤੀ ਜਾ ਰਹੀ ਹੈ ਜੀ ਜੀ, ਉਸ ਤੋਂ ਬਾਅਦ ਜਿਹੜੀ ਬਿਲਕੁਲ ਨਹੀਂ ਹੋ ਸਕਦੀ ਸਰ। ਜਿਹੜੇ ਮੌਜੂਦਾ ਅਫਸਰਾਂ ਨੇ ਤਬਦੀਲੀ ਕੀਤੀ ਹੋਏਗੀ, ਮੇਰੇ ਦੋਸਤ ਨੇ ਸੁਭਾਸ਼ ਕੈਟੀ, ਉਹਨਾਂ ਨੇ 20 ਸਾਲ ਕੇਸ ਲੜਿਆ, 13 ਪੁਲਿਸ ਅਫਸਰਾਂ ਨੂੰ 5 ਸਾਲ ਦੀ ਸਜ਼ਾ ਦਵਾਈ, ਲੜਾਈ ਜ਼ਰੂਰ 20 ਸਾਲ ਲੜੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ, ਲੜਾਈ ਲੰਬੀ ਚੱਲਦੀ। ਪਰ ਮੈਂ ਕਾਕੋਵਾਲ ਬਲਾਕ ਤੋਂ ਲੁਧਿਆਣਾ, ਪਿੰਡ ਕਾਕੋਵਾਲ ਤੋਂ ਬੋਲਦਾ ਜੀ, ਸਾਡੇ ਪਿੰਡ ਦੀ
ਕੋਈ ਪੰਚਾਇਤੀ ਜ਼ਮੀਨ ਹੈ 316 ਕਨਾਲਾਂ 80 ਕਨਾਲਾਂ ਨਾਲਾ ਹੈ ਅਤੇ ਛੱਪੜ ਅੱਡਾ ਰੋੜੀ ਲੈਟਰਿੰਗਾਂ ਕਬਰਾਂ ਸਾਰਾ 'ਤੇ ਕਬਜ਼ਾ ਹੋ ਚੁੱਕਾ ਹੈ। ਅਸੀਂ ਕਈ ਵਾਰੀ ਪ੍ਰਸ਼ਾਸਨ ਕੋਲ ਗਏ, ਕਈ ਆਪਣੇ ਅਫਸਰਾਂ ਕੋਲ ਗਏ, ਪਰ ਸਾਨੂੰ ਆਪਣਾ ਹਾਰ ਦੀ ਮੂੰਹ ਦੇਖਣਾ ਪਿਆ। ਕੋਈ ਕਹਿੰਦਾ, ਸਾਰੇ ਕਹਿੰਦੇ ਨੇ ਇਹਦੀ ਮਾਲਕੀ ਹੈ ਜੀ। ਅਸੀਂ ਇਹਨੂੰ ਅੱਜ ਛੁਡਾਉਣਾ ਚਾਹੁੰਦੇ ਹਾਂ ਅਤੇ ਔਰ ਸਰਕਾਰ ਅਜੇ ਆਪਣੇ ਅੰਡਰ ਲੈ ਲਵੇ, ਸਾਨੂੰ ਤਾਂ ਛੱਪੜ ਦੇ ਵਿੱਚ ਪਾਣੀ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਜੀ। ਸਰ, ਅਸੀਂ 2016 ਤੋਂ ਸ਼ੁਰੂ ਕੀਤੀ ਸੀ। ਜਿਹੜਾ ਕਬਜ਼ਾ ਕੀਤਾ ਗਿਆ ਉਹ ਕਿੰਨਾ ਲੋਕ ਕੀਤਾ ਗਿਆ? ਜ਼ਿਮੀਂਦਾਰ ਭਾਈਚਾਰੇ ਵੱਲੋਂ ਕੀਤਾ ਗਿਆ ਜੀ। ਸਾਨੂੰ 1958 ਤੋਂ ਲੈ ਕੇ 1998 ਤੱਕ ਪੰਚਾਇਤ ਦੀ ਸੀ ਜੀ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਨਾਂ ਤਬਦੀਲ ਕਰ ਲਈ ਜੀ। ਮਤਲਬ ਕਿ ਜਿਹੜੇ ਬੰਦੇ ਦਾਵਾ ਠੋਕ ਰਹੇ ਨੇ ਉਹ ਕਿਹੜੇ-ਕਿਹੜੇ ਬੰਦੇ ਨੇ, ਕੀ ਕੀ ਨਾਮ? ਸਰ, ਸਾਰੇ 40 ਬੰਦੇ ਲਿਸਟ ਪਈ ਮੇਰੇ ਕੋਲ। 40 ਬੰਦੇ, 40 ਬੰਦੇ ਔਨ ਰਿਕਾਰਡ ਲਿਸਟ ਆ, ਇਹ ਕੋਰਟ 'ਚ ਲੱਗੀ ਹੋਈ ਹੈ। ਇਹਨਾਂ 40 ਦੇ ਵਿੱਚੋਂ 4 ਦੇ ਵੀ ਅੱਜ ਤੱਕ ਕੋਈ ਲੀਗਲੀ ਕਾਰਵਾਈ ਪ੍ਰਸ਼ਾਸਨ ਨੇ ਨਹੀਂ ਕੀਤੀ, ਜਦਕਿ ਕੋਰਟ ਵੱਲੋਂ ਹਾਈਕੋਰਟ ਵੱਲੋਂ ਸਟੇਅ ਲੱਗੇ ਹੋਏ ਨੇ ਕਿ ਇਸ ਜ਼ਮੀਨ ਨੂੰ ਤੁਸੀਂ ਛੇੜ ਨਹੀਂ ਸਕਦੇ, ਵੇਚ ਨਹੀਂ ਸਕਦੇ। ਪਰ ਇਸ ਦਰਮਿਆਨ ਪੰਚਾਇਤ ਤੋਂ ਮਾਲਕਾਂ ਦੇ ਨਾਮ 'ਤੇ ਜ਼ਮੀਨ ਵੀ ਟ੍ਰਾਂਸਫਰ ਹੋਈਆਂ, ਅੱਗੋਂ ਵੰਡੀਆਂ ਵੀ ਗਈਆਂ, ਅੱਗੋਂ ਰਜਿਸਟਰੀਆਂ ਵੀ ਹੋਈਆਂ। ਮੈਂ ਸੁਣ ਕੇ ਹੈਰਾਨ ਹੋ ਗਿਆ, ਅੰਦਰ ਐਂਟਰ ਕਰਦਿਆਂ ਕਿਹਾ ਕਿ ਪੰਚਾਇਤੀ ਜ਼ਮੀਨ ਵਿੱਚ ਇੱਕ ਸ਼ਖਸ ਨੇ ਕਲੋਨੀ ਵੀ ਕੱਟੀ ਅਤੇ ਕਲੋਨੀ ਕੱਟ ਕੇ ਵੇਚ ਵੀ ਦਿੱਤੀ। ਇਹਦਾ ਮਤਲਬ ਹੈ ਕਿ ਸਾਰਾ ਕੁਝ ਰਲ ਮਿਲ ਕੇ ਹੋ ਰਿਹਾ ਹੈਗਾ। ਔਰ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਕੇਸ ਤਿਆਰ ਕਰਕੇ ਹਾਈਕੋਰਟ ਸਬਮਿਟ ਕਰਾ ਲਓ। ਕਲੋਨਾਈਜ਼ਰ ਦਾ ਨਾਮ ਵਗੈਰਾ ਕੋਈ, ਜਿਸ ਨੇ ਬੰਦੇ ਨੇ ਇਹ ਏਡਾ ਵੱਡਾ ਤਕੜਾ ਫਰਾਡ ਕੀਤਾ, ਸਾਰਾ ਪੂਰਾ ਪਿੰਡ ਖੜਾਇਆ ਤੱਕਾ ਦੇ ਨਾਲ, ਪਿੰਡ ਦੇ ਪੂਰੇ ਨਾਲ ਹੀ ਹੋਇਆ। ਸਰ, ਆਪ ਹੀ ਕਲੋਨੀਆਂ ਕੱਟੀ ਜਾ ਰਹੇ ਜੀ, ਆਪ ਹੀ ਮਲਕੀਅਤ ਜੀ? ਆਪ ਕਹਿ ਰਹੇ ਕਿ ਰੋਜ਼ਾਨਾ ਕਮਾ ਕੇ ਖਾਣ ਵਾਲੇ ਪਰਿਵਾਰ ਲੋਕ ਨੇ, ਮਤਲਬ ਜੇ ਇਹਨਾਂ ਲੋਕਾਂ 'ਚ ਮਤਲਬ ਅੱਤ ਹੋ ਗਈ ਤਾਂ ਤਾਂ ਹੀ ਅੱਜ 500 ਬੰਦਾ ਇਕੱਠਾ ਹੈ। ਨਹੀਂ ਸਰ, ਮੇਰਾ ਮਕਸਦ ਇਹ ਹੈ ਵੀ ਜਿਹੜਾ ਕਲੋਨਾਈਜ਼ਰ ਆ ਜਿਹਨੇ ਏਡੀ ਵੱਡਾ ਇੰਨਾ ਫਰਾਡ ਕੀਤਾ, ਕਬਲਾ ਕੀਤਾ, ਗਲਤੀ ਕੀਤੀ, ਮੈਂ ਮੰਨ ਗਿਆ ਜੀ ਉਹਨਾਂ ਨੇ ਗਲਤੀਆਂ ਕੀਤੀਆਂ, ਜਾਇਜ਼ ਕੀਤਾ। ਪਰ ਅੱਜ ਦਾ ਜਿਹੜਾ ਮੌਜੂਦਾ ਹੈਗਾ ਉਹਦਾ ਜਵਾਬ ਦੇ ਤਾਂ ਉਹੀ ਹੋਏਗਾ ਨਾ, ਤੋ ਜਵਾਬ ਦੇ ਤੁਸੀਂ ਸਰਪੰਚ ਦਾ ਪੱਖ ਲਓ, ਬਿਲਕੁਲ ਸਹੀ ਗੱਲ ਲਓ, ਰਾਈਟ ਬੰਦਾ। ਆਪਣੇ ਰਿਸ਼ਤੇਦਾਰਾਂ ਜ਼ਮੀਨ ਟ੍ਰਾਂਸਫਰ ਕਰਦਾ ਰਹੇ। ਇਹਦੇ ਪੰਚਾਇਤ ਅਫਸਰ ਜਾਂ ਪੰਚਾਇਤ ਮੰਤਰੀ ਹਾਈਕੋਰਟ 'ਚ ਜਾ ਕੇ ਜਵਾਬ ਦੇਣਗੇ ਨਾ ਕਿ ਇਸ ਪਿੰਡ ਨੂੰ ਖਾਸ ਕਿਹੜਾ ਲਾ ਲੱਗਦਾ, ਕਾਨੂੰਨ ਲੱਗਦਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੁਸੀਂ ਪ੍ਰਾਈਵੇਟ ਬੰਦਿਆਂ ਦੇ ਨਾਂ 'ਤੇ ਟ੍ਰਾਂਸਫਰ ਕੀਤੀਆਂ ਔਰ ਪੰਚਾਇਤੀ ਜ਼ਮੀਨਾਂ ਕੋਲ ਰਜਿਸਟਰੀਆਂ ਕੀਤੀਆਂ ਗਿਆ, ਕਿਹੜੇ ਕਾਨੂੰਨ ਦੀ ਪਰਿਭਾਸ਼ਾ 'ਚ ਕੀਤੀਆਂ ਗਈਆਂ, ਉਹ ਜਵਾਬ ਹਾਈਕੋਰਟ 'ਚ ਆਪਣੇ ਆਪ ਦੇਗਾ। ਨੈਕਸਟ ਸਟੈਪ ਤਾਂ ਹਾਈਕੋਰਟ ਦਾ ਹੈ ਜੀ। ਬਿਲਕੁਲ ਜੀ, ਬਿਲਕੁਲ। ਹੁਣ ਤੱਕ ਦਾ ਜਿਹੜਾ ਤੁਸੀਂ ਇਹਨਾਂ ਲੀਗਲੀ ਪ੍ਰੋਸੈਸ ਅਡੋਪਟ ਕੀਤਾ ਗਿਆ, ਕਿੱਥੋਂ ਕਿੱਥੋਂ ਤੱਕ? ਸਰ, ਮੇਰੇ ਕੋਲ ਤਕਰੀਬਨ 1 ਜਾਂ 2 ਦਿਨ ਪਹਿਲਾਂ ਇਹਨਾਂ ਨੇ ਅਪਰੋਚ ਕੀਤੀ ਪਿੰਡ ਵਾਸੀਆਂ ਨੇ, ਮੇਰੇ ਮੋਹਤਰ ਬੰਦਿਆਂ ਨੇ ਕੀਤੀ ਕਿ ਸਾਡੇ ਲਈ ਹੁਣ ਘਰਾਂ 'ਚੋਂ ਨਿਕਲਣਾ ਵੀ ਔਖਾ ਹੋ ਚੁੱਕਾ ਹੈ। ਮਤਲਬ ਜਿਹੜੇ ਅੱਧੇ ਪਿੰਡ 'ਚ ਜ਼ਮੀਨ ਪੰਚਾਇਤੀ ਸੀ ਉਸ ਪਿੰਡ ਦਾ ਇਹ ਹਾਲਾਤ ਹੋ ਗਈ ਹੈ ਕਿ ਅੱਜ 100-150 ਗਜ਼ ਦਾ ਉਹਨਾਂ ਦਾ ਇੱਕ ਛੱਪੜ ਰਹਿ ਗਿਆ ਹੈ। ਇਹ ਅੱਜ ਤੋਂ ਤਕਰੀਬਨ 2 ਦਿਨ ਪਹਿਲਾਂ ਮੇਰੇ ਕੋਲ ਪਿੰਡ ਵਾਸੀਆਂ ਨੇ ਅਪਰੋਚ ਕੀਤੀ, ਰਕੇਸ਼ ਕੁਮਾਰ ਜੀ ਨੇ, ਕੁਛ ਮੋਹਤਵਰ ਬੰਦਿਆਂ ਨੇ, ਕੁਛ ਮੀਡੀਆ ਲੋਕਾਂ ਨੇ ਕੀਤੀ ਕਿ ਨੂਰਲਾ ਜੀ 10 ਮਿੰਟ ਤੁਸੀਂ ਨਾ ਲਾ ਕੇ ਦੇਖੋ ਅਤੇ ਕਿਸੇ ਦੀ ਕੋਈ ਸੁਣਵਾਈ ਹੋ ਰਹੀ। ਔਰ ਮੈਂ ਤੁਹਾਨੂੰ ਸ਼ੋਰ ਇਹ ਕਰਦਾ ਕਿ 9 ਸਾਲ ਤੋਂ ਪਹਿਲਾਂ ਮਸਲਾ ਸੋਲਟ ਆਊਟ ਹੋ ਜਾਏਗਾ। ਅਗਰ ਬਲਾਟ 'ਤੇ ਗੱਲ ਕਰੀਏ, ਆਮ ਆਦਮੀ ਪਾਰਟੀ ਸਰਕਾਰ ਜਦੋਂ ਆਈ ਪਿੱਛੇ ਕਬਜ਼ੇ ਕਾਫੀ ਰਿਲੀਜ਼ ਵੀ ਕਰਾਏ ਗਏ, ਤੁਹਾਨੂੰ ਕਿੱਦਾਂ ਉਮੀਦ ਹੈ ਸਰਕਾਰ? ਸਰ, ਮੈਂ ਦੇਖੋ, ਮੈਂ ਕਿਸੇ ਵੀ ਸਰਕਾਰ 'ਤੇ ਕੋਈ ਉਮੀਦ ਨਹੀਂ। ਮੈਨੂੰ ਜਦੋਂ ਵੀ ਉਮੀਦ ਹੋਈ ਜੁਡੀਸ਼ੀਅਲ ਹੋਈ, ਸਰਕਾਰ ਤਾਂ ਦੇਖੋ ਜੀ, ਇਹਦੇ 'ਚ ਅਕਾਲੀ ਸਰਪੰਚ ਵੀ ਰਹੇ ਨੇ, ਕਾਂਗਰਸ ਦੇ ਵੀ ਰਹੇ ਨੇ, ਦੂਜੀਆਂ ਪਾਰਟੀਆਂ ਦੇ ਵੀ ਰਹੇ ਹੋਣਗੇ, ਮੈਂ ਇਹਦੇ 'ਚ ਕੋਈ ਚੀਜ਼ ਨਹੀਂ ਆਉਂਦਾ। ਮੈਂ ਪਾਰਟੀ ਬਾਜੀ ਜਾਂ ਪੋਲੀਟੀਕਲ ਸਿਸਟਮ ਜਾ ਰਿਹਾ, ਅਸੀਂ ਜਦੋਂ ਵੀ ਇਨਸਾਫ ਲਿਆ, ਹਿਊਮਨ ਰਾਈਟ ਕੌਂਸਲ ਨੇ ਜਦੋਂ ਵੀ ਇਨਸਾਫ ਲਿਆ, ਕਦੀ ਵੀ ਕਿਸੇ ਪਾਰਟੀ ਨੇ, ਕਿਸੇ ਪੋਲੀਟੀਕਲ ਪਾਰਟੀ ਨੇ ਕਿਸੇ ਵੀ ਗਰੀਬ ਆਦਮੀ ਨੂੰ ਕੋਈ ਇਨਸਾਫ ਨਹੀਂ ਦਿੱਤਾ। ਜਦੋਂ ਵੀ ਇਨਸਾਫ ਮਿਲਿਆ ਜੁਡੀਸ਼ਲੀ, ਹਾਈਕੋਰਟ ਤੋਂ ਮਿਲਿਆ, ਲੋਅਰ ਕੋਰਟ 'ਚ ਵੀ ਉਨੀ ਇਨਸਾਫ ਮਿਲਦਾ, ਲੋਅਰ ਕੋਰਟ 'ਚ ਵੀ ਸਵਾਇਤ ਤਰੀਕੇ। ਇਹ ਪਿੰਡ ਕਾਕੂਵਾਲ ਆ ਜੀ, ਗ੍ਰਾਮ ਪੰਚਾਇਤ ਪਿੰਡ ਕਾਕੂਵਾਲ, ਨਾਮ ਮੇਰਾ ਮਨਮੋਹਨ ਸਿੰਘ ਆ ਜੀ। ਅਤੇ ਉਹ ਮੁੱਦਾ ਕਾਫੀ ਦਿਨਾਂ ਤੋਂ ਭਖਿਆ ਵਾ ਜੀ। ਮੁੱਦਾ ਤਾਂ ਉਹ ਛੱਪੜ ਦਾ
ਅਤੇ ਨਾਲ ਪੈਂਦੀ ਜ਼ਮੀਨ ਆ ਜੀ ਕਿਸੇ ਦੀ ਪ੍ਰਾਈਵੇਟ, ਉਹ ਮੇਰੇ ਕੋਲ ਵੀ ਆਏ ਸੀਗੇ ਆਪਣੀ ਕੰਸਟਰਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ, ਅਤੇ ਮੈਂ ਉਹਨਾਂ ਕੋਲ ਹਫ਼ਤੇ ਦਾ ਟਾਈਮ ਲੈ ਲਿਆ ਵੀ ਭਾਈ ਮੈਨੂੰ ਇਸ ਜਗ੍ਹਾ ਦੀ ਤਸੱਲੀ ਕਰ ਲੈਂਦੇ ਕਿਉਂਕਿ ਨਾ ਛੱਪੜ ਲੱਗਦਾ ਵਾ ਅਤੇ ਕੱਲ੍ਹ ਕੋਈ ਇੱਥੇ ਰੌਣਾ ਗੱਪਾ ਨਾ ਪਵੇ। ਅਤੇ ਮੈਂ ਮੈਡਮ ਡੀ ਡੀ ਓ ਉਹਨਾਂ ਦੇ ਜਿਹੜੇ ਦਿੱਤੇ ਹੋਏ ਪੇਪਰ ਸੀ ਸਾਰੇ ਲੈ ਗਿਆ ਸੀ। ਤਸੱਲੀ ਕਰਨ ਤੋਂ ਬਾਅਦ ਉਹ ਆਪਾਂ ਉਹਨਾਂ ਦੀ ਪ੍ਰਾਈਵੇਟ ਜਗ੍ਹਾ ਸੀਗੀ ਜੀ, ਰੋਕ ਤਾਂ ਮੈਂ ਸਕਦਾ ਨਹੀਂ ਸੀਗਾ ਉਹਨਾਂ ਨੂੰ। ਚਲੋ ਉਹਨਾਂ ਨੇ ਕੰਸਟਰਕਸ਼ਨ ਸ਼ੁਰੂ ਕਰਤੀ, ਇਹਨਾਂ ਨੇ ਕੰਪਲੇਂਟ ਫਾਈਲ ਕਰਤੀ ਸੀ ਪੀ ਸਾਹਿਬ ਨੇ, ਸੀ ਪੀ ਸਾਹਿਬ ਤੋਂ ਥੱਲੇ ਆਈ ਏ ਸੀ ਪੀ ਸਾਹਿਬ ਕੋਲ, ਏ ਸੀ ਸੀ ਪੀ ਏ ਸੀ ਪੀ ਸਾਹਿਬ ਨੇ ਵੀ ਸੋਹਣੀ ਗਾਈਡੈਂਸ ਦਿੱਤੀ ਵੀ ਇਹ ਮਾਲ ਮਹਿਕਮੇ ਦਾ ਕੰਮ ਆ, ਤੁਸੀਂ ਮਾਲ ਮਹਿਕਮੇ ਕੋਲ ਜਾਓ ਅਤੇ ਜਿਹੜਾ ਕਸੂਰਵਾਰ ਹੋਏਗਾ ਮੈਂ ਉੱਥੇ ਬਣਦੀ ਕਾਰਵਾਈ ਕਰ ਦੂੰਗਾ। ਫਿਰ ਇਹ ਡੀ ਡੀ ਪੀ ਓ ਕੋਲ ਗਏ ਜੀ, ਡੀ ਡੀ ਪੀ ਓ ਨੇ ਥੱਲੇ ਬੀ ਡੀ ਓ ਨੂੰ ਮਾਰ ਕੀਤੀ, ਮੈਡਮ ਬੀ ਡੀ ਓ ਨੇ ਥੱਲੇ ਪੰਚਾਇਤ ਅਫਸਰ ਭੇਜਿਆ, ਉਹ ਮੌਕੇ 'ਤੇ ਆਇਆ ਜੀ, ਉਹਨੇ ਨਿਸ਼ਾਨਦੇਹੀ ਕੀਤੀ, ਪੇਪਰ ਦੇਖੇ, ਪੇਪਰ ਦੇਖਣ ਤੋਂ ਬਾਅਦ ਫਿਰ ਇਹਨਾਂ ਦੀ ਤਸੱਲੀ ਨਾ ਹੋਈ। ਫਿਰ ਇਹ ਡਿਪਟੀ ਡਾਇਰੈਕਟਰ ਗਾਗੜ ਸਾਹਿਬ ਦੇ ਚਲੇ ਗਏ, ਗਾਗੜ ਨੇ ਫਿਰ ਮੈਮ ਨੂੰ ਭੇਜਿਆ, ਮੈਡਮ ਨੇ ਮੌਕਾ ਆ ਕੇ ਫਿਰ ਦੇਖਿਆ, ਫਿਰ ਮੈਡਮ ਨੇ ਆ ਲਿਖਤੀ ਵੀ ਸਾਨੂੰ ਦਿੱਤਾ ਹੋਇਆ ਜੀ ਉਹਨਾਂ ਨੂੰ। ਹੁਣ ਛੱਪੜ ਦਾ ਨੰਬਰ ਜਿਹੜਾ ਵਾ ਉਹ 7/7 ਆ, ਅਤੇ ਜਿਹੜਾ ਪ੍ਰਾਈਵੇਟ ਜਗ੍ਹਾ 'ਤੇ ਜਿੱਥੇ ਉਸਾਰੀ ਹੋ ਰਹੀ ਆ ਉਹ 7/14 ਆ। ਆਹ ਦੇਖੋ, ਆਹ ਦੇਖੋ, ਆਹ ਨਕਸ਼ਾ ਆ ਜੀ, ਆਹ ਦੇਖੋ ਇੱਥੇ ਸਾਫ ਆ। ਓਕੇ ਠੀਕ ਆ, ਦੇਖੋ ਚੰਗਲ ਨੇ, ਆਹ ਦੇਖੋ ਜਿਹੜਾ ਰੈੱਡ ਲਾਈਨ 'ਚ ਕੀਤਾ ਹੋਇਆ ਨਾ ਸਾਫ ਆ ਵੀ ਇਹ ਛੱਪੜ ਆ, ਛੱਪੜ ਦੇ ਨਾਲ ਇੱਕ ਛੋਟਾ ਜਿਹਾ ਰਕਬਾ ਵਾ, ਆਹ ਦੇਖੋ 7/14 ਆਹ ਖੂੰਜੇ ਜੇ 'ਚ, ਆਹ ਪਿੰਡ ਦੀ ਸੜਕ ਆ ਜਾ ਰਹੀ ਆਹ ਨਾ, ਕੱਲ੍ਹ ਸੜਕ ਦੇ ਸਾਹਮਣੇ ਤੁਸੀਂ ਇੱਥੇ ਉਹਦੇ 'ਚ ਬੈਠੇ ਸੀਗੇ, ਕੀ ਕਹਿੰਦੇ ਨੇ ਧਰਮਸ਼ਾਲਾ 'ਚ, ਆਹ ਸੜਕ ਆ ਸਾਹਮਣੇ ਰੈੱਡ ਜਿਹੜੀ ਆ, ਠੀਕ ਹੈ ਨਾ ਜੀ। ਆਹ ਛੱਪੜ ਆ, ਆਹ ਉਹਨਾਂ ਦਾ ਨੰਬਰ ਸੈਪਰੇਟ, ਛੱਪੜ ਆ 7/7, ਉਹਨਾਂ ਦਾ ਨੰਬਰ ਆ 7/14, 7/14 ਦੋ ਕਨਾਲਾ, ਸੱਤ ਕਨਾਲਾਂ ਦੀ ਫਰਦ ਲਿਆ ਦੋ, 7 ਕਨਾਲਾਂ ਮੈਂ ਸੁਣਾ ਦੇਣਾ। ਤੁਸੀਂ ਨਾ ਆਪਾਂ ਨੰਬਰ ਵਾਈਜ਼ ਆਈਏ, ਪਹਿਲਾਂ ਇਸ ਮੁੱਦੇ ਨੂੰ ਆਪਾਂ ਕੰਸਟਰਕਸ਼ਨ ਵਾਲੇ ਨੂੰ ਖਤਮ ਕਰ ਦਈਏ, ਫਿਰ ਆਪਾਂ ਉਸ ਦੂਜੇ 'ਤੇ ਆ ਜਾਂਦੇ ਹਾਂ, ਫਿਰ ਉਹ ਘਾਲਾ ਮਾਲਾ ਹੋ ਜਾਣਾ, ਠੀਕ ਹੈ ਨਾ। ਇਹਨੂੰ ਕਲੀਅਰ ਕਰ ਲਓ ਤੁਸੀਂ, ਆਹ ਨੰਬਰ ਆ ਜੀ, ਆਹ ਰਕਮਾਂ ਉਹ ਸੈਪਰੇਟ ਪਿਆ ਜੇ, ਆਹ ਡੀ ਡੀ ਓ ਮੈਮ ਦੇ ਰਿਟਰਨ ਦੇ ਵਿੱਚ ਆਹ ਉਹ ਦੇਖ ਗਏ ਨੇ ਵੀ ਇਹਦੇ ਨਾਲ ਸਾਡੀ ਛੱਪੜ ਦਾ ਕੋਈ ਲਾਗਾ ਤਾਗਾ ਨਹੀਂ, ਆਹ ਉਹਦੀਆਂ ਰਜਿਸਟਰੀਆਂ ਦਾਦੇ ਮਾਲਕੀ ਉਰਦੂ ਦੇ ਵਿੱਚ ਨੇ, ਉਰਦੂ ਦੇ ਵਿੱਚ ਦਾਦੇ ਮਾਲਕੀ ਜ਼ਮੀਨ ਆ ਉਹਨਾਂ ਦੀ, ਠੀਕ ਹੈ ਜੀ। ਅਤੇ ਆਹ ਉਹਨਾਂ ਦੀ ਤਾਜ਼ਾ ਫਰਦ ਆ, ਠੀਕ ਹੈ ਜੀ। ਅਤੇ ਆਹ ਫਰਦ ਜਿਹੜੀ ਉਹ ਛੱਪੜ ਦੀ ਅਤੇ ਪਲੱਸ ਉਹਨਾਂ ਦੀ ਦੋਵੇਂ ਜੁਆਇੰਟ ਆ। ਹੁਣ ਉਹਨਾਂ ਨੂੰ ਆਪਾਂ ਕਿਵੇਂ ਰੋਕ ਲਈਏ ਜੀ ਵੀ ਤੁਸੀਂ ਆਪਣੀ ਕੰਸਟਰਕਸ਼ਨ ਨਾ ਕਰੋ? ਉਹਨਾਂ ਦੇ ਇਲਜ਼ਾਮ ਲਗਾਏ ਗਏ ਆ ਮੌਜੂਦਾ ਧਰਮ ਵਾਸਤੇ ਕਿ ਜਿਹੜੀ ਜਗ੍ਹਾ ਹੈ ਮਤਲਬ ਸਿਰਫ ਇਹ ਜਗ੍ਹਾ ਨਹੀਂ, ਕੋਈ ਇਲਾਵਾ ਵੀ ਪ੍ਰਾਈਵੇਟ 40 ਬੰਦਿਆਂ ਦੇ ਨਾਲ ਰਜਿਸਟਰੀਆਂ ਕਰਵਾ ਦਈਏ। ਮੈਂ ਪਹਿਲਾਂ ਉਹੀ ਕਹਿਣਾ ਨਾ, ਤੁਸੀਂ ਆਪਾਂ ਇੱਕ ਮੁੱਦੇ ਨੂੰ ਖਤਮ ਕਰ ਲਈਏ, ਪਹਿਲਾਂ ਇਹਨੂੰ ਫਿਨਿਸ਼ ਕਰ ਲਈਏ ਆਪਾਂ ਇਸ ਮੁੱਦੇ ਨੂੰ, ਕਿਉਂਕਿ ਇਹ ਤਾਂ ਪ੍ਰਾਈਵੇਟ ਜ਼ਮੀਨ ਆ ਤੁਹਾਡੇ, ਆ ਪੇਪਰ ਮੇਰੇ ਕੋਲ ਲੈ ਜਾਓ ਤੁਸੀਂ, ਤੁਹਾਡੇ ਮੁਤਾਬਕ ਸਿਰਫ ਦੋ ਕਨਾਲਾਂ ਦੀ ਜਗ੍ਹਾ ਹੀ, ਦੋ ਕਨਾਲਾਂ ਦਾ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਕਿਹੜੀ ਗੱਲ, ਉੱਥੇ ਤੁਸੀਂ ਉੱਥੇ ਜਾਓ ਪਟਵਾਰ ਕਰਦੇ ਰਿਕਾਰਡ ਚੈੱਕ ਕਰ। ਸਰ ਉਹਨਾਂ ਦਾ ਐਲੀਗੇਸ਼ਨ ਸੀਗਾ ਵੀ 1958 ਤੋਂ ਲੈ ਕੇ ਸਾਨੂੰ 1998 ਤੱਕ ਸਾਰੀ ਜਿਹੜੀ ਜਗ੍ਹਾ ਸੀ 316 ਕਨਾਲ ਸੀ, ਗ੍ਰਾਮ ਪੰਚਾਇਤ ਦੇ ਪੁਲ ਸੀ,
ਤੇ ਕਿੰਨੇ ਸਾਲ ਹੋ ਗਏ ਜੀ ਇਹ ਸੁੱਤੇ ਹੀ ਪਏ ਸੀ ਪਹਿਲਾਂ? ਮੈਂ ਦਿਖਾਉਣਾ, ਉਹ ਵੀ ਦਿਖਾਉਣਾ, ਹੁਣ ਇਹ ਖਤਮ ਹੋ ਗਈ ਕਹਾਣੀ ਆਪਣੀ ਵਾਲੀ, ਠੀਕ ਹੈ ਜੀ। ਇਹਨਾਂ ਨੇ ਜੀ ਉਹ ਸੀਗੀ ਮੁਸ਼ਤਰਕਾ ਮਾਲਕਣ ਜ਼ਮੀਨ ਪਿੰਡ ਦੀ, ਉਹ ਮੇਰੇ ਘਰ 23 ਕਿੱਲੇ ਦੀ 24 ਕਿੱਲੇ ਬਣਦੀ ਆ। ਉਹ ਪਿੰਡ ਦੇ ਭਲੇ ਵਾਸਤੇ ਜਦੋਂ ਪਿੰਡ ਦੀ ਵੰਡ ਹੋਈ ਆਪਣੇ ਹਿੰਦੁਸਤਾਨ ਦੀ, ਉੱਥੋਂ ਪ੍ਰਾਈਵੇਟ ਜ਼ਮੀਨਾਂ ਨੂੰ ਕੱਟ ਲਾ ਕੇ ਉਹ ਜ਼ਮੀਨ ਨੂੰ ਸਰਕਾਰੀ ਬਣਾਇਆ ਗਿਆ ਸੀ, ਜਿਹਦਾ ਕਿ ਮੁਆਵਜ਼ਾ ਨਹੀਂ ਦਿੱਤਾ ਸੀ। ਮੈਂ ਸ਼ੋਰਟ 'ਚ ਕਰ ਰਿਹਾ ਗੱਲ, ਨਹੀਂ ਤਾਂ ਲੰਬੀ ਹੋ ਜਾਣੀ ਆ। ਉਹ ਪਿੰਡ ਵਾਸੀਆਂ ਨੇ ਰਲ ਕੇ ਕੋਰਟ 'ਚੋਂ ਲੜ ਕੇ, ਉਦੋਂ ਤਾਂ ਮੈਂ ਵੀ ਛੋਟਾ ਹੋਣਾ 15-16 ਸਾਲ, ਤਾਂ ਇਹ ਤਾਂ ਉਹ ਤਾਂ ਆਪਸ ਉਹਨਾਂ ਨੇ ਤਕਸੀਮ ਕਰ ਲਈ, ਮੁਸ਼ਤਰਕਾ ਮਾਲਕਣ ਜ਼ਮੀਨ ਸੀ। ਫਿਰ ਇਹਨਾਂ ਨੇ ਚੈਲੇਂਜ ਕੀਤਾ ਉਸ ਜ਼ਮੀਨ ਨੂੰ ਡਿਪਟੀ ਡਾਇਰੈਕਟਰ ਦੇ, ਆਹ ਡਿਪਟੀ ਡਾਇਰੈਕਟਰ ਸਾਹਿਬ ਦੇ ਬਿਆਨ ਪੜ੍ਹ ਲਓ। ਉੱਥੋਂ ਕੇਸ ਫਿਰ ਜਿੱਤ ਗਏ ਪਿੰਡ ਵਾਲੇ, ਹੁਣ ਇਹਦਾ ਕੇਸ ਚੱਲਦਾ ਪਿਆ JCP ਦੇ, ਆਹ ਬਿਆਨ ਪੜ੍ਹ ਲਓ। ਉਹਦੇ ਵਿੱਚ ਇਹਨਾਂ ਨੇ ਡਿਪਟੀ ਡਾਇਰੈਕਟਰ ਨੇ ਸਾਫ਼ ਲਿਖਿਆ ਗਿਆ, ਜਿਹੜੀ ਇਹ 23-24 ਕਿੱਲੇ ਮੁਸ਼ਤਰਕਾ ਮਾਲਕਣ ਜ਼ਮੀਨ ਹੈ, ਕਿਸੇ ਵੀ ਤਰੀਕੇ ਪੰਚਾਇਤ ਦਾ ਇੱਥੇ ਅਧਿਕਾਰ ਨਹੀਂ। ਅਤੇ ਉਸ ਤੋਂ ਇਲਾਵਾ ਵੀ ਫਿਰ ਇਹਨਾਂ ਨੇ ਇਸ ਕੇਸ ਨੂੰ ਚੈਲੇਂਜ ਕੀਤਾ ਹੋਇਆ ਮੋਹਾਲੀ JCT ਨੇ, ਜਾਂ ਕੇਸ ਚੱਲਦਾ ਹੀ ਪਿਆ ਅਤੇ ਆਪਾਂ ਕੋਰਟ 'ਤੇ ਵਿਸ਼ਵਾਸ ਰੱਖੀਏ। ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਇਹ ਦੇ ਉੱਪਰ ਜਗ੍ਹਾ ਦੇ ਉੱਪਰ ਇਹਨਾਂ ਬੰਦਿਆਂ ਦਾ ਕੋਈ ਨਹੀਂ ਅਧਿਕਾਰ, ਜਾਂ ਇਹ ਬੰਦਿਆਂ ਦੇ ਮਾਲਕ ਹੀ ਹੈ, ਉਹ ਜਿਹੜੀ ਉਹਨਾਂ ਦੇ ਨਾਂ 'ਤੇ ਜਿਹੜੀ ਰਜਿਸਟਰੀਆਂ ਹੋ ਰਜਿਸਟਰੀਆਂ ਕਿਸ ਤਰ੍ਹਾਂ ਪ੍ਰਾਪਤ ਹੋਈਆਂ? ਰਜਿਸਟਰੀਆਂ ਇਸ ਤਰ੍ਹਾਂ ਨਾਲ ਸੀ, ਇਹਨਾਂ 'ਤੇ ਚੈਲੇਂਜ ਕੀਤਾ ਵਾ ਮੇਰੇ ਖਿਆਲ ਆਹ 4-5 ਸਾਲ ਹੋਏ ਨੇ, 4-5 ਸਾਲ 5-6 ਸਾਲ ਹੋ ਗਏ ਨੇ। ਤੇ ਜ਼ਮੀਨ ਜਿਹੜੀ 25 ਕਿੱਲੇ ਉਹ ਤਾਂ ਆਲਰੇਡੀ ਸਾਰੀ ਵਿਕ ਚੁੱਕੀ ਆ, 20 ਤੋਂ 18-20 ਕਿੱਲੇ ਤਾਂ ਵਿਕ ਚੁੱਕੀ ਆ। ਉੱਥੇ ਕਰੋੜਾਂ ਦੀਆਂ ਬਿਲਡਿੰਗਾਂ ਪੈ ਚੁੱਕੀਆਂ ਨੇ, ਕਰੋੜਾਂ ਦੇ ਲੋਨ ਹੋ ਚੁੱਕੇ ਨੇ, ਉਹ ਅੱਜ ਦੀ ਥੋੜ੍ਹਾ ਵਿਕੀ ਆ, ਉਹ ਤਾਂ ਵਿਕਦੀ ਹੋ ਗਏ ਨੇ ਸਮਝ ਲਓ, ਸਨ 88 ਤੋਂ ਸ਼ੁਰੂ ਹੋ ਗਈ ਸੀ ਵਿਕਣੀ ਜੀ। ਆਧਾਰ ਉਹ ਮਾਲਕਣ ਸੀ ਜੀ, ਕੋਰਟ ਥੋੜਾ ਕੋਰਟ ਰਾਹੀਂ ਉਹਨਾਂ ਨੇ ਤੁਸੀਂ ਰਿਕਾਰਡ ਕਢਾ ਲਓ ਉੱਥੋਂ, ਨਾ ਉਹ ਮਾਲਕ ਨੇ ਜ਼ਮੀਨ ਦੇ, ਤਾਂ ਹੀ ਵੇਚ ਸਕੇ ਨੇ। ਇੰਤਕਾਲ ਗੁਰਦੌਰੀਆਂ ਜਿੰਨੀ ਜ਼ਮੀਨ ਵਿਕੀ ਹੈ ਉਹ ਚਾਹੇ ਖਰੀਦੀ ਹੈ ਰੈਜੀਡੈਂਸਲ ਲਈ, ਚਾਹੇ ਕਿਸੇ ਕਮਰਸ਼ੀਅਲ ਨੇ ਖਰੀਦੀ ਹੈ, ਉਹਨਾਂ ਦੇ ਨਾਲ ਰਜਿਸਟਰੀਆਂ ਹੋਈਆਂ ਨੇ, ਇੰਤਕਾਲ ਚੜ੍ਹੇ ਨੇ। ਇਹਨਾਂ ਨੇ ਕੋਰਟ ਨੂੰ ਚੈਲੇਂਜ ਕੀਤਾ ਸੀ, ਫਿਰ ਜਿਹੜੇ ਮੁਹਿੰਮ ਚਲਾਈ ਸੀਗੀ ਪੰਚਾਇਤੀ ਜ਼ਮੀਨਾਂ ਅੰਡਰ ਕਰਨ ਦੇ ਵਿੱਚ, ਜੇ ਇਹੋ ਜਿਹੀ ਗੱਲ ਹੁੰਦੀ ਤਾਂ ਸਾਡੀ ਜ਼ਮੀਨ ਵਿੱਚ ਆਉਣੀ ਚਾਹੀਦੀ ਸੀ, ਉਹਨਾਂ 'ਤੇ ਕੋਈ ਲਿਹਾਜ਼ ਨਹੀਂ ਕੀਤਾ ਆਪਣੇ ਮਾਨ ਸਰਕਾਰ ਨੇ, ਸਾਰੇ ਵਿੱਚ ਆਏ ਸੀਗੇ। ਅਤੇ ਆਹ ਜ਼ਮੀਨ ਫਿਰ ਚਲੋ ਠੀਕ ਆ, ਅਸੀਂ ਕੋਰਟ 'ਚ ਫਾਈਟ ਕਰ ਰਹੇ ਹਾਂ, ਇਹਨਾਂ ਡਿਪਟੀ ਡਾਇਰੈਕਟਰ ਗਾਗਰ ਸਾਹਿਬ ਦੇ ਕੇਸ ਲਾਇਆ, ਗਾਗਰ ਸਾਹਿਬ ਦੇ ਬਿਆਨ ਪੜ੍ਹ ਲਓ ਵੀ ਇਹ ਜ਼ਮੀਨ ਵੀ ਕਿਸੇ ਵੀ ਹੱਕ ਦੇ ਨਾਲ ਗ੍ਰਾਮ ਪੰਚਾਇਤ ਵਿੱਚ ਨਹੀਂ ਬਣ ਰਹੀ। ਆਪਸੀ ਜਿਹੜੀ ਸਰਪੰਚੀ ਦੀ ਚੋਣ ਪਰਿਵਾਰਕ ਤੌਰ ਤੇ ਲੜਦੇ ਆ ਰਹੇ ਨੇ, ਇਹ ਸਰਕਾਰ ਦੇ ਨਾਲ ਮਿਲੀਆਂ ਭੁਗਤ ਕਰਕੇ ਸਰਪੰਚ ਵੀ ਰਹੇ ਨੇ, ਉਹਨਾਂ ਦੀ ਵੀ ਜ਼ਮੀਨ ਆ ਵਿੱਚ, ਇਹ ਨਹੀਂ ਵੀ ਕੋਈ ਜੱਟ ਜ਼ਮੀਂਦਾਰਾਂ ਨੇ ਬੰਤਾ ਹਾਂ ਬੰਤਾ ਰਾ, ਇਹ ਸਰਪੰਚ ਰਹਿ ਚੁੱਕੇ ਨੇ, ਇਹਨਾਂ ਦੀ ਵੀ ਜ਼ਮੀਨ ਆ, ਇਹਨਾਂ ਦਾ ਵੀ ਹਿੱਸਾ ਬਣਦਾ ਜਿਵੇਂ ਜਿਵੇਂ ਹਿੱਸੇ ਦੇ ਹਿਸਾਬ ਨਾਲ ਕੱਟ ਲੱਗਾ ਸੀਗਾ, 100 ਕਿੱਲੇ ਪਿੱਛੇ ਮੰਨ ਲਓ 2 ਕਿੱਲੇ ਜਾਂ 3 ਕਿੱਲੇ ਜ਼ਮੀਨ ਦੇ ਹਿਸਾਬ ਨਾਲ ਉਹ ਲਈ, ਤਾਂ ਪ੍ਰਾਈਵੇਟ ਜ਼ਮੀਨ ਮਾਲਕਾਂ ਨੇ ਮਸਰਕਾ ਮਾਲਕਾਂ ਦੇ ਕੋਲੋਂ ਹੀ ਕੱਟ ਲਾਇਆ ਸੀਗਾ, ਉਹਦਾ ਮੁਆਵਜ਼ਾ ਨਹੀਂ ਸੀ ਦਿੱਤਾ ਗਿਆ, ਤਾਂ ਪੂਰੇ ਪੰਜਾਬ 'ਚ ਮੰਡੀਆਂ ਗਈਆਂ ਸੀ ਜ਼ਮੀਨਾਂ, ਬਿਲਕੁਲ ਜਾਇਜ਼ ਹੋਈ, ਤੁਸੀਂ ਰਿਕਾਰਡ ਜਾ ਕੇ ਦੇ ਸਕਦੇ ਹੋ।
ਛੱਪੜ ਤੁਸੀਂ ਅੱਜ ਨਿਸ਼ਾਨਦੇਹੀ ਕਰਵਾ ਲਓ, ਜੇ ਜਿਹੜੀ ਨਿਸ਼ਾਨਦੇਹੀ ਮੈਡਮ ਕਰਕੇ ਗਈ ਆ ਉੱਧਰੋਂ ਫੁੱਟ ਵੀ ਇੱਧਰ ਨਿਕਲੇ ਤਾਂ ਮੈਂ 10 ਫੁੱਟ ਛਡਾਊਂਗਾ। ਹੁਣ ਛੱਪੜ ਵੀ ਉਹਨਾਂ ਥੱਲੇ ਆ, ਸਾਹਮਣੇ ਛੱਪੜ ਦੇ ਬਣੇ ਮਕਾਨ ਤੁਹਾਨੂੰ ਦਿਸਦੇ ਹੋਣੇ, ਉਹ ਨਾਲੇ ਚੋਰ ਨਾਲੇ ਚਦਰ। ਪਿੰਡ ਸਾਡੇ ਦੇ 9 ਮੈਂਬਰ ਪੰਚਾਇਤ ਨੇ, 9-10 ਹਜ਼ਾਰ ਵੋਟ ਆ ਜੀ ਪਿੰਡ ਦੀ ਸਾਡੇ ਦੀ, ਕੋਈ ਛੋਟੀ ਮੋਟੀ ਵੋਟ ਨਹੀਂ। ਪਿੰਡ ਨਹੀਂ ਜੀ, 5 ਸਾਲ ਹੋ ਗਏ ਨੇ, ਮੈਂ ਤਾਂ ਹੁਣ ਆਇਆ, ਮੇਰੇ ਖਿਲਾਫ਼ ਥੋੜ੍ਹਾ ਹੋਏ ਨੇ। ਉਹ ਤਾਂ ਹੁਣ ਜ਼ਮੀਨ ਜੋ ਚੈਲੇਂਜ ਕੀਤਾ ਉਹਦਾ ਸਾਰਾ ਪਿੰਡ ਜਵਾਬ ਦੇ ਰਿਹਾ, ਜ਼ਮੀਨ ਮੇਰੀ ਥੋੜ੍ਹਾ ਕਿੱਲੇ ਦੀ, ਉਹ ਤਾਂ ਪਿੰਡ ਦਾ ਮਸਲਾ ਵਾ। ਪਿੰਡ ਉਹਨੂੰ ਕਲੈਰੀਫਾਈ ਕਰੇਗਾ, ਕੋਰਟ ਵਿੱਚ ਕੇਸ ਚੱਲਦਾ ਪਿਆ, ਇੱਕ ਥਾਂ ਤੋਂ ਜਿੱਤੇ ਨੇ, ਡਿਪਟੀ ਡਾਇਰੈਕਟਰ ਤੋਂ ਪਟੀਸ਼ਨ ਆਉਣੇ ਨੇ ਜੀਸੀਪੀ। ਮੇਰੇ ਕੋਲ ਇਲਜ਼ਾਮ, ਮੈਂ ਸਾਬਤ ਕਰ ਰਿਹਾ ਵੀ ਇੱਕ ਤਾਂ ਉਹਦੀ ਪ੍ਰਾਈਵੇਟ ਜ਼ਮੀਨ ਆ ਜੀ, ਦੱਸੋ ਮੈਂ ਕਿਵੇਂ ਰੋਕ ਸਕਦਾ ਵਾ। ਪੇਪਰਾਂ ਦੇ ਆਧਾਰ 'ਤੇ ਮੈਂ ਇੱਥੇ ਇੱਕ ਇਨਕੁਆਇਰੀ ਥੋੜ੍ਹਾ ਹੋਈ ਆ, ਮੇਰੀ ਕੋਈ ਇਨਵੋਲਵਮੈਂਟ ਨਹੀਂ।